ਸਤਿ ਸ਼੍ਰੀ ਅਕਾਲ ਐਵਰੀਬਡੀ, ਕੀ ਹਾਲ ਚਾਲ? ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ। ਅਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵੀ ਐਨ ਨੂੰ ਯੂਜ਼ ਕਿਵੇਂ ਕਰੀਦਾ ਆ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਫਰੰਟ ਇੰਟਰਫੇਸ ਇੱਦਾਂ ਦਾ ਹੁੰਦਾ ਹੈ। ਇਹਦੇ ਵਿੱਚ ਆ ਪਲੱਸ ਦਾ ਨਿਸ਼ਾਨ ਹੁੰਦਾ ਹੈ, ਪਲੱਸ ਦੇ ਨਿਸ਼ਾਨ ਨੂੰ ਕਲਿੱਕ ਕਰਕੇ ਨਿਊ ਪ੍ਰੋਜੈਕਟ ਆ ਜਾਏਗਾ। ਲਿਖਿਆ ਨਾ ਨਿਊ ਪ੍ਰੋਜੈਕਟ, ਨਿਊ ਪ੍ਰੋਜੈਕਟ 'ਤੇ ਕਲਿੱਕ ਕਰੋਗੇ ਅਤੇ ਅੱਗੇ ਫੋਟੋਜ਼ ਤੁਹਾਡੀਆਂ ਸਾਰੀਆਂ ਫੋਟੋਜ਼ ਹੋ ਜਾਣਗੀਆਂ ਜਾਂ ਵੀਡੀਓ ਸੀ ਜੋ ਵੀ ਤੁਸੀਂ ਵਿੱਚ ਐਡ ਕਰਨਾ ਚਾਹੁੰਦੇ ਹੋ। ਜਿਵੇਂ ਕਿ ਮੈਂ ਦੋ ਫਰੰਟ ਤੋਂ ਦੋ ਵੀਡੀਓਜ਼ ਲੈ ਰਿਹਾ, ਜਿਵੇਂ ਕਿ ਇਹਦੇ ਵਿੱਚ ਮੈਂ ਦੋ ਵੀਡੀਓਜ਼ ਲੈ ਲੈਣਾ ਆਏ ਸੇਮ ਅਤੇ ਇਹ ਇੰਟਰਫੇਸ ਆ ਜਾਏਗਾ ਸਾਹਮਣੇ ਤੁਹਾਡਾ। ਆਪਾਂ ਪਲੇ ਕਰਕੇ ਦਿਖਾ ਦਿੰਦਾ ਤੁਹਾਨੂੰ, ਮੈਂ ਪਲੇ ਹੋ ਰਹੀ ਆ। ਇਹਦੇ ਵਿੱਚ ਫਸਟ ਆਫ ਆਲ ਤੁਸੀਂ ਇੱਥੋਂ ਕਲਿੱਕ ਕਰਕੇ ਮਿਊਜ਼ਿਕ ਲਗਾ ਸਕਦੇ ਹੋ। ਮਿਊਜ਼ਿਕ ਦੇ ਵਿੱਚ ਤੁਸੀਂ ਇੱਕੋ ਹੀ ਐਡ ਕਰਕੇ ਮਿਊਜ਼ਿਕ ਲਗਾ ਸਕਦੇ ਹੋ। ਦੂਸਰਾ, ਤੁਸੀਂ ਆਪਣੀ ਵੋਇਸ ਵੀ ਐਡ ਕਰ ਸਕਦੇ ਹੋ। ਇੱਥੋਂ ਆਪਲੇ ਬਟਨ ਤੋਂ ਸਟਾਰਟ ਕਰ ਦਿਓਗੇ ਤਾਂ ਵੋਇਸ ਐਡ ਹੋ ਜਾਏਗੀ। ਇਸ ਤੋਂ ਬਾਅਦ ਹੁੰਦਾ ਆ ਕੋਈ, ਤੁਸੀਂ ਜਿਵੇਂ ਟੈਕਸਟ ਲਿਖਣਾ ਆ, ਇੱਥੋਂ ਤੁਸੀਂ ਟੈਕਸਟ ਲਿਖ ਸਕਦੇ ਹੋ ਕੁਛ ਵੀ, ਜਾਂ ਆਹ ਸਾਰੇ ਟੈਕਸਟ ਆ ਜੋ ਵੀ ਤੁਸੀਂ ਟੈਕਸਟ ਲਿਖਣਾ ਹੋਵੇ ਆਹ ਸਾਰੇ ਇਹਦੇ ਵਿੱਚ ਯੂਜ਼ ਹੋ ਜਾਂਦੇ ਆ। ਜਿਵੇਂ ਕਿ ਇੱਕ ਤੁਹਾਨੂੰ ਲਿਖ ਕੇ ਦਿਖਾ ਦਿੰਦਾ, ਜਿਵੇਂ ਇਸ ਵੀਡੀਓ 'ਤੇ ਕਲਿੱਕ ਕੀਤਾ ਮੈਂ, ਇੱਥੇ ਇੰਟਰਫੇਸ ਆ ਗਿਆ। ਇਹਦੇ ਉੱਤੇ ਮੈਂ ਆਪਣਾ ਨਾਮ ਲਿਖ ਦਿੰਦਾ, ਇਹ ਨਾਮ ਲਿਖਤਾ ਮੈਂ। ਇਹਨੂੰ ਤੁਸੀਂ ਸੇਵ ਕਰਕੇ ਇਸ ਜਿੱਥੇ ਮਰਜ਼ੀ ਕਰਕੇ ਜਿੰਨਾ ਮਰਜ਼ੀ ਵੀਡੀਓ ਦਾ ਛੋਟਾ ਵੱਡਾ ਸਾਈਜ਼ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਉਹਨੂੰ ਲੈ ਸਕਦੇ ਹੋ, ਇੱਦਾਂ ਦੇ ਕਾਫੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਥੱਲੇ ਆ ਜਾਂਦਾ ਹੈ ਕੋਈ ਸਟਿੱਕਰ ਵਗੈਰਾ ਤੁਸੀਂ ਯੂਜ਼ ਕਰਨਾ, ਜਿਵੇਂ ਕਿ ਸਬਸਕ੍ਰਾਈਬ ਦਾ ਸਟਿੱਕਰ ਹੈ। ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਆਪਣੀ ਵੀਡੀਓ ਦੇ ਵਿੱਚ ਇਫੈਕਟ ਵੀ ਪਾ ਸਕਦੇ ਹੋ, ਜਿਵੇਂ ਤੁਸੀਂ ਵੀਡੀਓ ਨੂੰ ਛੋਟਾ ਕਰਨਾ, ਇਹਦੇ ਵਿੱਚ ਤੁਸੀਂ ਸਪਲਿਟ ਕਰਕੇ ਵੀਡੀਓ ਨੂੰ ਛੋਟਾ ਵੱਡਾ ਵੀ ਕਰ ਸਕਦੇ ਹੋ, ਜਾਂ ਇਹਨੂੰ ਇੱਦਾਂ ਕਲਿੱਕ ਕਰਕੇ ਤੁਸੀਂ ਛੋਟਾ ਵੱਡਾ ਵੀ ਕਰ ਸਕਦੇ ਹੋ ਵੀਡੀਓ ਨੂੰ। ਹੋਰ ਇਹਦੇ ਵਿੱਚ ਇਫੈਕਟ ਆ ਜਾਂਦੇ ਆ, ਜਿਸ ਤਰ੍ਹਾਂ ਕਿ ਵੀਡੀਓ ਦੇ ਕਾਫੀ ਇਫੈਕਟ ਨੇ, ਆ ਸਾਰੇ ਤੁਸੀਂ ਲਗਾ ਸਕਦੇ ਇੱਥੇ, ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਵੀਡੀਓ ਜਿਵੇਂ ਆ ਪਹਿਲਾ ਪਾਰਟ ਹੈ, ਇਹਦੇ ਵਿੱਚ ਤੁਸੀਂ ਇੱਕ ਆਪਣਾ ਕੁਛ ਆਪਲੇ ਇਫੈਕਟ ਵੀ ਲਗਾ ਸਕਦੇ ਹੋ। ਦੈਨ ਆ ਜਿਹੜੇ ਪਲੱਸ ਦੇ ਨਿਸ਼ਾਨ ਹੈ, ਇਹਦੇ ਵਿੱਚ ਵੀ ਇਫੈਕਟ ਲੱਗ ਸਕਦਾ, ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋ ਡਿਫਰੈਂਟ ਇਫੈਕਟ ਆ। ਬਲੈਕ ਹੋ ਗਿਆ ਸਕਰੀਨ, ਆ ਸਕਰੀਨ 'ਤੇ ਵਾਈਟ ਹੋ ਗਈ, ਆ ਥੋੜ੍ਹਾ ਜ਼ੂਮ ਹੋ ਰਿਹਾ, ਆ ਜ਼ੂਮ ਹੋਰ ਜ਼ੂਮ ਹੋ ਰਿਹਾ, ਇਵੇਂ ਦੇ ਕਾਫੀ ਇਫੈਕਟ ਹੈ, ਤੁਸੀਂ ਯੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਆ ਜਾਂਦਾ ਜੇ ਤੁਸੀਂ ਕਲਿੱਪ ਨੂੰ ਵਿੱਚੋਂ ਕੋਈ ਡਿਲੀਟ ਕਰਨਾ, ਜਿਵੇਂ ਕਿ ਆਹ ਕਲਿੱਪ ਨੂੰ ਮੈਂ ਡਿਲੀਟ ਕਰਨਾ, ਇੱਥੇ ਆੜ ਕੇ ਤੁਸੀਂ ਕਲਿੱਪ ਨੂੰ ਡਿਲੀਟ ਵੀ ਕਰ ਸਕਦੇ ਹੋ, ਡੁਪਲੀਕੇਟ ਵੀ ਬਣਾ ਸਕਦੇ ਹੋ ਅਤੇ ਕਲਿੱਪ ਨੂੰ ਇੱਥੇ ਲੋਕ ਵੀ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਵੀਡੀਓ ਦੀ ਸਪੀਡ ਨੂੰ ਵਧਾਉਣਾ ਘਟਾਉਣਾ ਹੋਵੇ ਤਾਂ ਇੱਥੋਂ ਵਧਾ ਘਟਾ ਵੀ ਸਕਦੇ ਹੋ, ਆਪਣੇ ਹਿਸਾਬ ਨਾਲ ਕਰ ਸਕਦੇ ਹੋ, ਜਿਵੇਂ ਕਿ ਮੈਂ ਪਲੇ ਕਰਕੇ ਦਿਖਾ ਦਿੰਦਾ ਤੁਹਾਨੂੰ। ਜਾਂ ਫਿਰ ਤੁਸੀਂ ਪੂਰੀ ਵੀਡੀਓ ਨੂੰ ਕਰਨਾ ਹੈ ਤਾਂ ਤੁਸੀਂ ਇੱਥੇ ਰੈਗੂਲਰ 'ਤੇ ਜਾ ਕੇ ਆਪਣੀ ਸਪੀਡ ਨੂੰ ਰੈਗੂਲਰ 'ਤੇ ਜਿੰਨਾ ਮਰਜ਼ੀ ਤੁਸੀਂ ਸਪੀਡ ਨੂੰ ਵਧਾ ਵੀ ਸਕਦੇ ਹੋ, ਘਟਾ ਵੀ ਸਕਦੇ ਹੋ ਪੂਰੀ ਵੀਡੀਓ ਨੂੰ। ਉਸ ਤੋਂ ਬਾਅਦ ਤੁਸੀਂ ਰੋਟੇਟ ਕਰਨਾ ਵੀਡੀਓ ਨੂੰ, ਮਿਰਰ ਕਰਨਾ, ਇੱਕ ਜਿਵੇਂ ਵੀਡੀਓ ਪੁੱਠੀ ਕਰਨੀ ਆ ਉਹ ਵੀ ਹੋ ਜਾਏਗਾ, ਬੈਕਗਰਾਊਂਡ ਦਾ ਆ ਸਾਰੇ, ਕਾਫੀ ਤੁਸੀਂ ਯੂਜ਼ ਕਰ ਸਕਦੇ ਹੋ। ਦੈਨ ਤੁਸੀਂ ਵੀਡੀਓ ਐਡਿਟ ਕਰਕੇ ਆ ਉੱਪਰਲੇ ਆਪਸ਼ਨ 'ਤੇ ਰਾਈਟ ਸਾਈਡ 'ਤੇ ਜਾਓਗੇ, ਇੱਥੇ ਆ ਰਹੀ ਹੈ ਸੇਵ ਦੀ ਆਪਸ਼ਨ। ਸੇਵ ਨੂੰ ਤੁਸੀਂ ਇੱਕ ਤਾਂ ਤੁਸੀਂ ਆਟੋ 'ਚ ਕਰ ਸਕਦੇ ਹੋ, ਮਤਲਬ ਜਿਵੇਂ ਆ 4K ਜਿਵੇਂ ਤੁਹਾਡੀ ਵੀਡੀਓ ਮੋਬਾਈਲ 'ਤੇ ਸ਼ੂਟ ਹੋਈ ਆ ਉਵੇਂ ਹੋਏਗੀ, ਜਾਂ ਫਿਰ ਤੁਸੀਂ ਮੈਨੂਅਲ ਕਰਕੇ ਵੀ ਆਪਣੀ ਵੀਡੀਓ ਨੂੰ ਪਿਕਸਲ ਸੈੱਟ ਕਰ ਸਕਦੇ ਹੋ, ਆਪਣਾ ਫਰੇਮ ਕੀ ਫਰੇਮ ਸੈੱਟ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਇਹਨੂੰ ਦੈਨ ਐਕਸਪਲੋਰ ਕਰ ਦਿਓ, ਐਕਸਪੋਰਟ ਕਰਕੇ ਤੁਹਾਡੀ ਵੀਡੀਓ ਸੇਵ ਹੋ ਜਾਏਗੀ ਅਤੇ ਤੁਸੀਂ ਜਿੱਥੇ ਮਰਜ਼ੀ ਪੋਸਟ ਕਰ ਸਕਦੇ ਹੋ। ਥੈਂਕ ਯੂ ਵੀਡੀਓ ਨੂੰ ਦੇਖਣ ਲਈ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਿਓ ਅਤੇ ਮੇਰੇ ਪੇਜ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਸਬਸਕ੍ਰਾਈਬ ਵੀ ਕਰ ਦਿਓ। ਥੈਂਕ ਯੂ ਸੋ ਮੱਚ।